ਹੈਲੋ एवरीवन ਵੈਲਕਮ ਟੂ ਸਟ੍ਰੇਟ ਸ਼ੋਰਕੱਟਸ ਹਿਅਰ ਸਟੋਰੀ ਬਿਕਮਸ ਈਜ਼ ਯੂ ਜੋ ਤੁਸੀਂ ਥੰਬਨੇਲ ਤੇ ਦੇਖ ਰਹੇ ਹੋ ਜੀ 10000 ਪੋਸਟਾਂ ਜਿਹੜੀਆਂ ਔਨਲਾਈਨ ਪੰਜਾਬ ਦੇ ਵਿੱਚ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਤੇ ਨਾਲ ਹੀ ਸਿੱਖਿਆ ਮੰਤਰੀ ਦੀ ਜਿਹੜੀ ਕੱਲ ਪ੍ਰੈਸ ਰਿਪੋਰਟਰਸ ਨਾਲ ਮੀਟਿੰਗ ਹੋਈ ਹੈ ਉਹਦੇ ਬਾਰੇ ਵੀ ਆਪਾਂ ਡਿਟੇਲ ਦੇ ਵਿੱਚ ਇਹਦੇ ਵਿੱਚ ਗੱਲ ਕਰਾਂਗੇ ਕਿ ਕੀ ਕੁਝ ਉਸ ਮੀਟਿੰਗ ਦੇ ਵਿੱਚੋਂ ਨਿਕਲ ਕੇ ਆਇਆ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਜਿਸ ਨਾਲ ਤੁਹਾਨੂੰ ਹੌਨਲੀ ਸਾਰੀਆਂ ਵੀਡੀਓਜ਼ ਦੀ ਅਪਡੇਟ ਟਾਈਮ ਸੇ ਤੇ ਸਭ ਤੋਂ ਪਹਿਲਾਂ ਮਿਲੇਗੀ ਹਾਂਜੀ ਕੱਲ ਸਿੱਖਿਆ ਮੰਤਰੀ ਦੀ ਪ੍ਰੈਸ ਰਿਪੋਰਟਰਸ ਨੇ ਉਹਨਾਂ ਨੂੰ ਇਹ ਕੁਐਸ਼ਨ ਪੁੱਛਿਆ ਸਿੱਖਿਆ ਮੰਤਰੀ ਨੂੰ ਕਿਉਂਕਿ ਬੇਰੋਜ਼ਗਾਰ ਜਿਹੜੇ ਆਪਣੇ ਟੈਟ ਪਾਸ ਯੂਨੀਅਨ ਦੇ ਕੈਂਡੀਡੇਟਸ ਹੈਗੇ ਤਾਂ ਉਹ ਸਾਰੇ ਧਰਨਾ ਲਗਾ ਰਹੇ ਹਨ ਤੇ ਉਹਦੇ ਰਿਗਾਰਡਿੰਗ ਹੀ ਉਹਨਾਂ ਨੂੰ ਕੁਐਸ਼ਨ ਪੁੱਛਿਆ ਗਿਆ ਤਾਂ ਉਹਦੇ ਵਿੱਚ ਸਿੱਖਿਆ ਮੰਤਰੀ ਨੇ ਇਹ ਕਿਹਾ ਕਿ ਜਿਹੜੀ ਹੁਣ ਭਰਤੀ ਹੋ ਰਹੀ ਹੈ ਹੋਈ ਹੈ ਨ ਤੋ ਉਹਨਾਂ ਨੇ ਇਹ ਬੋਲੇ ਕਿ ਉਹਦੇ ਵਿੱਚ ਕਿ ਇਸ ਭਰਤੀ ਦੇ ਵਿੱਚ ਕਿਉਂਕਿ ਐਡਵਰਟਾਈਜ਼ਮੈਂਟ ਜਿਹੜਾ ਉਹਨਾਂ ਨੇ ਕੱਢਿਆ ਸੀਗਾ ਉਹਦੇ ਵਿੱਚ ਉਹਨਾਂ ਨੇ ਬੀਐਡ ਵਾਲਿਆਂ ਨੂੰ ਅਲੋਅ ਕਰ ਦਿੱਤਾ ਸੀ ਇਨ ਦਾ ਐਡਵਰਟਾਈਜ਼ਮੈਂਟ ਤੋ ਕਹਿੰਦੇ ਵੀ ਹੁਣ ਇਸ ਦੇ ਵਿੱਚੋਂ ਬਾਹਰ ਨਹੀਂ ਕੀਤਾ ਜਾ ਸਕਦਾ ਬੀਐਡ ਵਾਲਿਆਂ ਨੂੰ ਤੇ ਵਲੰਟੀਅਰਜ਼ ਨੂੰ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਹਰ ਕੁਆਲੀਫਿਕੇਸ਼ਨ ਵਾਲਿਆਂ ਨੂੰ ਬਾਹਰ ਜਿਹੜਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਕੋਲ ਹਰ ਕੁਆਲੀਫਿਕੇਸ਼ਨ ਹੈ ਤੇ ਇਹ ਕਹਿ ਕੇ ਕਿ ਵੀਓ ਬੀਐਡ ਹਰ ਕੁਆਲੀਫਿਕੇਸ਼ਨ ਹੈ ਤੋ ਉਹਨਾਂ ਨੂੰ ਈਟੀ ਦੇ ਵਿੱਚੋਂ ਈਜ਼ਲੀ ਦੇ ਪੋਸਟਾਂ ਦੇ ਵਿੱਚੋਂ ਬਾਹਰ ਨਹੀਂ ਕੀਤਾ ਜਾ ਸਕਦਾ ਇਹ ਉਹਨਾਂ ਦਾ ਕਹਿਣਾ ਤੇ ਬਾਕੀ ਉਹਨਾਂ ਨੇ ਉਹਨਾਂ ਨੇ ਇਹ ਕਿਹਾ ਕਿ ਫਰੈਂਸ ਦੇ ਦਿੱਤੀ ਜਾਊਗੀ ਉਹਨਾਂ ਕੈਂਡੀਡੇਟਸ ਨੂੰ ਲੇਕਿਨ ਇਸ ਭਰਤੀ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਇਹ ਭਰਤੀ ਦੇ ਵਿੱਚ ਅਗਰ ਉਹ ਬੀਏਡ ਵਾਲੇ ਤੇ ਵੋਲੰਟੇਜ ਵਾਲਿਆਂ ਨੂੰ ਬਾਹਰ ਕਰਦੇ ਆ ਤਾਂ ਸਾਰੀ ਹੀ ਭਰਤੀ ਰੁਕ ਜਾਏਗੀ ਤੇ ਸਾਰੀ ਭਰਤੀ ਜਿਹੜੀ ਰੁਕ ਜਾਏਗੀ ਸਟ੍ਰਾਈਕ ਡਾਊਨ ਹੋ ਜਾਏਗੀ ਜਿੱਦੇ ਕਰਕੇ ਭਰਤੀ ਜਿਹੜੀ ਮੁਕੰਮਲ ਨਹੀਂ ਹੋ ਪਾਏਗੀ ਤੋਂ ਉਹਨਾਂ ਨੇ ਇਹ ਕਹਿਣਾ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਬੋਲਿਆ ਕਿ ਜਿਹੜੀ ਇਹ ਭਰਤੀ ਆ ਉਹ ਹੋ ਲੈਣ ਤੋਂ ਲੇਕਿਨ 10000 ਪੋਸਟਾਂ ਜਿਹੜੀਆਂ ਹੋਰ ਆਉਣ ਵਾਲੀਆਂ ਨੇ ਤੇ ਉਹਦੇ ਵਿੱਚ ਜਿਹੜੀ ਕੈਂਡੀਡੇਟਸ ਨੂੰ ਪ੍ਰੈਫਰੈਂਸ ਦਿੱਤੀ ਜਾਊ ਪਰ ਇਸ ਇਸ ਭਰਤੀ ਦੇ ਵਿੱਚੋਂ ਬਾਹਰ ਕਰਨ ਬਾਰੇ ਇਸ ਦੇ ਹੱਕ ਵਿੱਚ ਨਹੀਂ ਹੈ ਤੇ ਉਹਨਾਂ ਦਾ ਇਹੀ ਕਹਿਣਾ ਕਿ ਉਹ ਕਿਸੇ ਵੀ ਹਾਲਤ ਦੇ ਵਿੱਚ ਜਿਹੜੀ بیਅਰਡ ਵਾਲੇ ਤੇ ਵਲੰਟੀਅਰਸ ਵਾਲੇ ਇਸ ਦੇ ਵਿੱਚੋਂ ਬਾਹਰ ਨਹੀਂ ਕਿਤੇ ਜਾ ਸਕਦੇ ਬਾਕੀ ਉਹਨਾਂ ਨੇ 10000 ਪੋਸਟਾਂ ਹੋਰ ਕੱਢਣ ਲਈ ਕਿਹਾ ਹੈ ਕਿ ਉਹ ਆਨ ਵੈਲ ਟਾਈਮ 'ਚ 10000 ਪੋਸਟਾਂ ਹੋਰ ਕੱਢਣਗੇ ਤੇ ਪਰ ਇਸ ਪੂਰੀ ਗੱਲਬਾਤ ਦੇ ਵਿੱਚੋਂ ਇਹ ਵੀ ਨਿਕਲ ਕੇ ਆਉਂਦਾ ਕਿ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਹਰ ਕੁਆਲੀਫਿਕੇਸ਼ਨ ਵਾਲੇ ਕੈਂਡੀਡੇਟਸ ਜਿਹੜੇ ਹਨ ਉਹ ETT ਪੋਸਟਾਂ ਦੇ ਵਿੱਚ ਭਰ ਸਕਦੇ ਆ ਤਾਂ ਮੈਨੂੰ ਲੱਗਦਾ ਫਿਰ ਜਿਹੜੀ ਐਂਟੀਟੀ ਦੀ ਪੋਸਟ ਆਊਟ ਹੋਈਆਂ ਹੋਈਆਂ ਨੇ ਤਾਂ ਉਹਦੇ ਲਈ ETT ਤੇ BEd ਦੋਨੋਂ ਹੀ ਹਰ ਕੁਆਲੀਫਿਕੇਸ਼ਨ ਹੈ ਤਾਂ ਉਹਦੇ ਵਿੱਚ ਵੀ ਫਿਰ ETT ਤੇ BEd ਵਾਲਿਆਂ ਨੂੰ ਅਲੋਅ ਕਰ ਦੇਣਾ ਚਾਹੀਦਾ ਅਗਰ ਹਾਇਰ ਕੁਆਲੀਫਿਕੇਸ਼ਨ ਨੂੰ ਆਪਾਂ ਕਹਿੰਦੇ ਆ ਵੀ ਬਾਹਰ ਨਹੀਂ ਕੀਤਾ ਜਾ ਸਕਦਾ ਤਾਂ ਫਿਰ ਤਾਂ ਐਂਟੀ ਥੀਓਲੋਜੀ ਉਹਨੇ ਕੀਤਾ ਜਾ ਰਿਹਾ ਦੂਸਰਾ ਇਹਦੇ ਵਿੱਚ ਇਹ ਨਿਕਲ ਗਿਆ ਉਹ ਦੇਖਿਓ ਅਗਰ ਹਾਇਰ ਕੁਆਲਿਫਿਕੇਸ਼ਨ ਜਿਹੜੀ ਹੈ ਈਟੀਟੀ ਦੇ ਪੋਸਟਾਂ ਦੇ ਵਿੱਚ ਅਗਰ ਬੀਐਡ ਵਾਲੇ ਹਾਇਰ ਕੁਆਲਿਫਿਕੇਸ਼ਨ ਹੋ ਜਿਹੜੀ ਅਲੋਕ ਕੀਤਾ ਜਾਂਦਾ ਤਾਂ ਫਿਰ ਈਜੀਟੀ ਦੇ ਕੋਰਸ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਬਾਕੀ ਤੁਹਾਨੂੰ ਪਤਾ ਹੈ ਜੀ ਬੀ ਅਪ੍ਰੈਲ ਨੂੰ ਕੇਸ ਦੀ ਸੁਣਵਾਈ ਹੈ ਕਿ ਪੰਜ ਨੰਬਰਾਂ ਨੂੰ ਲੈ ਕੇ ਬੈਕਲੌਗ ਦੇ ਪੋਸਟਾਂ 604 ਬੈਕਲੌਗ ਦੇ ਪੋਸਟਾਂ ਤੇ ਰਕੇਸ ਲੱਗਿਆ ਹੋਇਆ ਸੀਗਾ ਉਹ ਜੀ ਸੁਣਵਾਈ ਬੀ ਅਪ੍ਰੈਲ ਦੀ ਹੈ ਤੇ ਜਿਵੇਂ ਕੋਈ ਇਨਫੋਰਮੇਸ਼ਨ ਆਉਂਦੀ ਹੈ ਬਤ ਤੁਹਾਨੂੰ ਇਸੇ ਚੈਨਲ ਤੇ ਅਪਡੇਟ ਕਰਦੇ ਹਾਂ ਬਾਕੀ ਬੀਐਡ ਵਾਲੇ ਸੁਨਵਾਈ 30 April ਦੀ ਹੈ ਤੇ ਦੇਖਦੇ ਹਾਂ ਕੋਰਟ ਦਾ ਕੀ ਫੈਸਲਾ ਹੁੰਦਾ ਜਿਵੇਂ ਕੋਈ ਇਨਫੋਰਮੇਸ਼ਨ ਮਿਲਦੀ ਹੈ ਆਪਾਂ ਤੁਹਾਨੂੰ ਇਸੇ ਚੈਨਲ ਤੇ ਅਪਡੇਟ ਕਰਾਂਗੇ ਸਿੱਖਿਆ ਮੰਤਰੀ ਦੀ ਕੱਲ ਜਿਹੜੀ ਪ੍ਰੈਸ ਰਿਪੋਰਟਰਸ ਨਾਲ ਜੋ ਮੀਟਿੰਗ ਹੋਈ ਹੈ ਉਹਦੇ ਵਿੱਚੋਂ ਕੀ ਕੁਝ ਉਹਨਾਂ ਨੇ ਕਿਹਾ ਉਹਦੇ ਬਾਰੇ ਇਨਫੋਰਮੇਸ਼ਨ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿੱਤੀ ਹੈ ਤੇ ਏਸੀ ਜੀ ਇਨਫੋਰਮੇਸ਼ਨ ਆਈ ਹੋਪ ਦੋਲੀ ਇਨਫੋਰਮੇਸ਼ਨ ਜਿਹੜੀ ਯੂਸਫੁਲ ਰਹੀ ਹੋਏਗੀ ਪਲੀਜ਼ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸਭ ਤੱਕ ਇਨਫੋਰਮੇਸ਼ਨ ਜਿਹੜੀ ਆਪਾਂ ਪਹੁੰਚ ਸਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਜ਼ਰੂਰ ਪ੍ਰੈ